ਹਾਂਜੀ ਵੀਰੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਵੀਰੋ। ਬਈ ਆਹ ਜਿਹੜੇ ਮੈਂ ਮਾਹੌਲ ਦੇ ਵਿੱਚ ਖੜ੍ਹਾ, ਦੇਖ ਲਓ ਹੁਣ ਠੰਡ ਕਿੰਨੀ ਕੁ ਹੋਊ, ਤੁਸੀਂ ਅੰਦਾਜ਼ਾ ਇਹ ਤਾਂ ਲਾ ਹੀ ਲੈਣਾ, ਮੇਰੇ ਜਿਹੜੇ ਪਾਏ ਹੋਏ ਨੇ ਕੱਪੜੇ ਉਹਨਾਂ ਤੋਂ ਅੰਦਾਜ਼ਾ ਲਾ ਲੈਣਾ ਤੁਸੀਂ ਵੀ ਕਿੰਨੀ ਕੁ ਠੰਡ ਹੈ। ਅਤੇ ਹੇਠਾਂ ਦੇਖੋ ਟੋਪੀ ਵੀ ਲਈ ਹੋਈ ਆ ਉੱਪਰ। ਸੋ ਮੈਂ ਜਿਹੜੇ ਪਾਸੇ ਆ ਖੜ੍ਹਾ, ਦੇਖੋ ਪਿੱਛੇ ਆ, ਉਹ ਦੇਖੋ ਟ੍ਰੇਨ ਜਾ ਰਹੀ ਹੈ। ਇਹ ਮਨੂਫੈਕਚਰਾ ਇਹ ਲੋਡਸ, ਪੋਲੈਂਡ ਦੀ ਸਿਟੀ ਆ ਲੋਡਸ, ਅਤੇ ਇਹ ਮਨੂਫੈਕਚਰਾ ਇੱਥੇ ਕਦੇ ਮਨੂਫੈਕਚਰਾ ਇੱਥੇ ਕੱਪੜੇ ਦਾ ਕਾਰੋਬਾਰ ਹੁੰਦਾ ਸੀ ਕਦੇ, ਫਿਰ ਤੁਹਾਨੂੰ ਦਿਖਾਵਾਂਗੇ ਦਿਨੇ। ਅਤੇ ਹੁਣ ਉਹ ਬੰਦ ਹੋ ਗਿਆ ਅਤੇ ਉਹ ਸਾਰਾ ਜਿਹੜਾ ਕੰਮ ਚਾਈਨਾ ਚਲੇ ਗਿਆ, ਪਰ ਹੁਣ ਇੱਥੇ ਜਿਹੜੀਆਂ ਮਾਰਕੀਟਾਂ ਖੁੱਲ੍ਹ ਗਈਆਂ। ਸੋ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ, ਦੇਖੋ ਵੀਰੋ ਆਪਾਂ ਨੇ ਫੇਸਬੁੱਕ ਦੇ ਮਾਧਿਅਮ ਤੋਂ, ਟਵਿੱਟਰ ਦੇ ਮਾਧਿਅਮ ਤੋਂ, ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਆਪਾਂ ਨੇ ਬਹੁਤ ਬਹੁਤ ਕੰਮ ਕਰੇ ਨੇ, ਔਰ ਤੁਸੀਂ ਸਾਰਿਆਂ ਨੇ ਕਰੇ ਨੇ। ਕਈ ਬਾਬਿਆਂ ਨੂੰ ਉਭਾਰਿਆ, ਕਈ ਲੀਡਰਾਂ ਨੂੰ ਉਭਾਰਿਆ, ਇੱਥੋਂ ਤੱਕ ਵੀ ਤੁਸੀਂ ਲੋਕਾਂ ਨੇ ਸਰਕਾਰਾਂ ਵੀ ਬਣਾਈਆਂ, ਔਰ ਕਦੇ ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਕੀਤਾ। ਮੈਂ ਜਿਹੜੀ ਚੀਜ਼ ਤੁਹਾਨੂੰ ਦੱਸਣੀ ਹੈ ਵੀ ਇੱਥੇ ਇੱਕ ਚੀਜ਼ ਖਾਸੀਅਤ ਜਿਹੜੀ ਆ ਮੈਂ ਦੇਖੀ ਆ, ਯੂਰਪ ਦੇ ਵਿੱਚ ਇੱਕ ਮਹਿਮ ਛਿੜ ਚੁੱਕੀ ਆ, ਸ਼ੁਰੂ ਹੋ ਗਈ ਆ ਮਹਿਮ ਜਿਹੜੀ ਆ, ਉਹ ਮਹਿਮ ਜਿਹੜੀ ਚੱਲ ਰਹੀ ਹੈ ਉਹ ਇਹ ਹੈਗੀ ਆ ਬਈ ਜਿਹੜੇ ਨੌਜਵਾਨ ਨੇ ਉਹ ਘਰਾਂ 'ਚ ਬੈਠੇ ਨੈੱਟ ਦੇ ਵਿੱਚ ਜਿਹੜਾ ਉਂਗਲਾਂ ਮਾਰਦੇ ਨੇ ਇੱਦਾਂ ਇੱਦਾਂ ਕਰਕੇ, ਅਤੇ ਸਾਰੇ ਜਿਹੜਾ ਪਰਿਵਾਰ ਹੈ ਉਹ ਗੱਲ ਨਹੀਂ ਕਰਦਾ ਆਪਸ ਵਿੱਚ ਹੀ, ਕਦੇ ਲੜਦਾ ਨਹੀਂ, ਕਦੇ ਹੱਸਦਾ ਨਹੀਂ, ਕਦੇ ਬੋਲਦਾ ਨਹੀਂ, ਉਹ ਸਾਰੇ ਜਿਹੜੇ ਫੇਸਬੁੱਕ ਜਾਂ ਹੋਰ ਚੀਜ਼ਾਂ ਦੇਖੀ ਜਾ ਰਹੇ ਨੇ। ਅਤੇ ਜ਼ਿਆਦਾਤਰ ਤਾਂ ਆਪਣੇ ਇੰਡੀਆ 'ਚ ਵੀ ਇਹੋ ਹੀ ਹਾਲਾਤ ਨੇ। ਸੋ ਜਿਹੜੀਆਂ ਪੁਰਾਣੀਆਂ ਖੇਡਾਂ ਸੀ ਉਹ ਸਾਰੀਆਂ ਜਿਹੜੀਆਂ ਪੁਰਾਣੀਆਂ ਖੇਡਾਂ ਅਲੋਪ ਕਰ ਦਿੱਤੀਆਂ ਸਾਨੂੰ। ਮੈਨੂੰ ਯਾਦ ਆ ਸਾਡੇ ਪਿੰਡ ਤਾਸ਼ ਖੇਡਦੇ ਹੁੰਦੇ ਸੀ, ਬਰੋਟੇ ਨੇ ਸਾਡੇ ਉੱਥੇ ਬੜੇ ਭਾਰੀ ਉਹਨਾਂ ਹੇਠ ਬੈਠ ਕੇ, ਅਤੇ ਉਦੋਂ ਸਾਡੇ ਕਈ ਵਾਰੀ ਕੁੱਟ ਕੱਟ ਵੀ ਪੈ ਜਾਂਦੀ ਸੀ ਘਰੋਂ ਵੀ ਤੁਸੀਂ ਉੱਥੇ ਨਾ ਜਾਇਆ ਕਰੋ, ਮਾੜੀ ਚੀਜ਼ ਆ ਤਾਸ਼। ਮੈਂ ਕਹਿੰਦਾ ਵੀ ਦੇਖੋ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ, ਕਦੇ ਗੁੱਲੀ ਡੰਡਾ ਖੇਡ ਲਿਆ, ਕਦੇ ਜਿਹੜਾ ਬਾਂਦਰ ਕਿੱਲਾ ਖੇਡ ਲਿਆ, ਬੜਾ ਕੁਛ ਕਰਦੇ ਸੀ ਹੈ। ਫਿਰ ਸਾਡੇ ਤਲਾਅ ਬਣੇ ਹੋਏ ਨੇ, ਉੱਥੇ ਅਸੀਂ ਨਹਾਉਣ ਚਲੇ ਜਾਣਾ, ਕਈ ਵਾਰੀ ਹਾਦਸੇ ਹੋਏ, ਚਲੋ ਪਾਣੀ 'ਚ ਡੁੱਬ ਗਏ ਹੈ ਜੀ, ਪਰ ਜੇ ਡੁੱਬ ਗਏ ਪਰ ਤੈਰਨਾ ਵੀ ਅਸੀਂ ਸਿੱਖ ਲਿਆ। ਮੈਨੂੰ ਗੱਲਾਂ ਜਦੋਂ ਯਾਦ ਆਉਂਦੀਆਂ ਨੇ ਫਿਰ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਲਈਦੀਆਂ ਨੇ ਕਈ ਵਾਰ। ਆਹ ਦੇਖੋ ਇਹਨਾਂ ਨੇ ਇੱਕ ਚੀਜ਼ ਬਣਾਈ ਹੈ ਵੀਰੋ, ਆਹ ਦੇਖੋ, ਇਹ ਤੁਹਾਨੂੰ ਯਾਦ ਹੋਣਾ ਵੀ ਇਹ ਸ਼ਤਰੰਜ ਜਿਹੜੀ ਹੁੰਦੀ ਆ, ਸ਼ਤਰੰਜ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸ਼ਤਰੰਜ ਖੇਡਦੇ ਨੇ, ਉਹ ਸ਼ਤਰੰਜ ਦਾ ਇਹਨਾਂ ਨੇ ਜਿਹੜੇ ਇੱਥੇ ਇਹ ਪੱਕੇ ਬੋਰਡ ਜਾਣੀ ਬਣਾਏ ਨੇ ਟੇਬਲ, ਇਹ ਸਮੈਂਟਡ ਨੇ ਸਾਰੇ ਲੋਹੇ ਦੇ ਨਾਲ, ਆਹ ਸਾਈਡਾਂ ਤੋਂ ਬਣਾਏ ਹੋਏ ਨੇ। ਤਾਂ ਆਹ ਦੇਖੋ, ਆਓ ਮੇਰੇ ਪਿੱਛੇ ਦੇਖੋ, ਆਓ ਦੇਖੋ ਪਿੱਛੇ, ਅਤੇ ਬਾਈ ਜੀ ਇੱਧਰ ਦੇਖੋ, ਠੀਕ ਹੈ ਜੀ, ਅਤੇ ਹੁਣ ਇਸ ਸਾਈਡ ਦੇਖੋ, ਉਹ ਦੇਖੋ ਜੀ, ਠੀਕ ਹੈ, ਅਤੇ ਉਸ ਸਾਈਡ ਦੇਖੋ ਜਿੱਥੇ ਉੱਧਰ ਆਪਣੇ ਆ ਸਾਰੇ। ਇਹ ਕੁੱਲ ਮਿਲਾ ਕੇ ਇੱਕ ਪਾਸੇ ਇਹ ਪੰਜ ਨੇ, ਇਹ ਸਾਰੇ ਪੰਜ ਨੇ, ਆ ਦੇਖੋ 1, 2, 3, 4, 5, ਇਹ ਪਾਰਕਾਂ ਦੀ ਮੈਂ ਤੁਹਾਨੂੰ ਇੱਥੇ ਦੀ ਦੱਸਣ ਲੱਗਿਆ ਹੋਇਆ। ਪੰਜ ਜਿਹੜੇ ਨੇ ਇਹ, ਪੰਜ ਦੇ ਉੱਤੇ ਦੋ ਦੋ ਬੰਦੇ ਬੈਠਦੇ ਆ ਇਹਦੇ 'ਤੇ। ਇਹ ਫਾਰ ਐਗਜ਼ਾਮਪਲ ਤੁਹਾਨੂੰ ਮੈਂ ਦੱਸ ਰਿਹਾ, ਹੁਣ ਦੇਖਿਓ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ, ਕੈਮਰਾ ਕੂਮਰਾ ਮੈਨੂੰ ਇੰਨਾ ਕੁ ਚਲਾਉਣਾ ਆਉਂਦਾ। ਦੇਖੋ ਆਹ ਜਿਹੜਾ ਬੈਠਣ ਨੂੰ ਸ਼ੀਟ ਹੈ ਇਹਦੇ 'ਤੇ ਦੋ ਬੰਦੇ ਬਹਿੰਦੇ ਇੱਕ ਸਾਈਡ 'ਤੇ, ਚੌਂ ਪਾਸੇ 8 ਬੰਦੇ ਬਹਿੰਦੇ ਆ, ਜਾਣੀ 8 × 5 = 40, ਠੀਕ ਆ ਜੀ, 40 ਬੰਦੇ ਇਹਦੇ ਇੱਕ ਪਾਸੇ ਬੈਠਦੇ ਨੇ। ਮੈਂ ਤੁਹਾਨੂੰ ਦਿਖਾਊਂਗਾ ਗਰਮੀਆਂ ਦੇ ਵਿੱਚ, ਇੱਥੇ ਬੈਠੇ ਹੋਏ ਬੰਦੇ ਦਿਖਾਊਂਗਾ ਗਰਮੀਆਂ ਦੇ ਵਿੱਚ, 8 × 5 = 40, 40 ਬੰਦੇ ਇਹਨੇ, ਅਤੇ ਇਹ ਪੰਜ ਜਿਹੜੇ 1, 2, 3, 4 ਨੇ, ਇਹ ਚੌਕਮ ਚੌਕੀ 16, ਠੀਕ ਆ ਜੀ, 160 ਬੰਦੇ ਇੱਥੇ ਬੈਠਦੇ ਆ। ਕਈ ਬੰਦਿਆਂ ਨੂੰ ਜਗ੍ਹਾ ਨਹੀਂ ਮਿਲਦੀ, ਉਹ ਸਾਈਡਾਂ 'ਤੇ ਬੈਠੇ ਹੁੰਦੇ ਆ। ਇਹ ਮੈਂ ਤੁਹਾਨੂੰ ਤਾਂ ਦੱਸਦਾ ਵੀਰੋ
ਵੀ ਥੋੜ੍ਹਾ ਜਿਹਾ ਫੇਸਬੁੱਕ ਟਵਿੱਟਰ 'ਚੋਂ ਆ ਜਿਹੜਾ ਹੋਰ ਇੰਸਟਾਗ੍ਰਾਮ ਹੈ ਠੀਕ ਹੈ ਯੂਜ਼ ਕਰੋ ਯਾਰ ਠੀਕ ਹੈ ਸਮਾਰਟਫੋਨ ਆ ਗਏ ਵੀ ਵਧੀਆ ਹੋ ਗਿਆ ਨਹੀਂ ਤਾਂ ਅੱਗੇ ਲੈਪਟੋਪ ਦੇ ਮੂਹਰੇ ਬੈਠਣਾ ਪੈਂਦਾ ਸੀ ਉੱਥੋਂ ਨਹੀਂ ਸੀ ਹਿੱਲਦੇ ਅਤੇ ਇਹਦੇ 'ਤੇ ਥੋੜ੍ਹਾ ਜਿਹਾ ਸਾਈਡ 'ਤੇ ਹੋ ਕੇ ਨਾ ਥੋੜ੍ਹਾ ਜਿਹਾ ਆਪਣੀ ਸਿਹਤ ਦਾ ਯਾਰ ਖਿਆਲ ਕਰ ਲਓ ਮੇਰੇ ਵੀਰੋ ਮੈਂ ਤੁਹਾਨੂੰ ਦੱਸਾਂ ਠੀਕ ਹੈ ਬਹੁਤਿਆਂ ਦੇ ਲੱਕ ਦੁਖੀ ਜਾਂਦੇ ਨੇ ਯਾਰ ਫੇਸਬੁੱਕ ਚਲਾ ਚਲਾ ਕੇ ਅੱਖਾਂ ਜਿਹੜੀਆਂ ਉਹ ਭਾਰੀਆਂ ਹੋਈਆਂ ਪਈਆਂ ਨੇ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਹੁਣ ਥੋੜ੍ਹੀ ਮੇਰੀ ਗੱਲ ਦਾ ਗੁੱਸਾ ਕਰੋਗੇ ਕਈਆਂ ਨੇ ਕਹਿਣਾ ਜੀ ਇਹ ਕੀ ਕਰੀ ਜਾਂਦੇ ਹੋ ਸੋ ਹਕੀਕਤ ਇਹ ਆ ਠੀਕ ਆ ਇਹ ਆ ਦੇਖ ਲਓ ਮੈਂ ਤੁਹਾਨੂੰ ਸਾਰੇ ਦਿਖਾ ਰਿਹਾ ਹੁਣ ਇੱਥੇ ਮੈਂ ਤਾਂ ਦਿਖਾ ਰਿਹਾ ਥੋੜ੍ਹੀ ਸ਼ਾਂਤੀ ਸੀ ਅਤੇ ਹੁਣ ਠੰਡ ਬਹੁਤ ਹੈ ਮੌਸਮ ਸਹੀ ਨਹੀਂ ਹੈ ਤਾਂ ਕਰਕੇ ਲੋਕ ਟਿਕੇ ਬੈਠੇ ਆ ਇੱਥੇ ਫਿਰ ਕੀ ਹੁੰਦਾ ਜਿਹੜੀ ਮੇਨ ਗੱਲ ਦੱਸਣੀ ਚਾਹੁੰਦਾ ਜਦੋਂ ਇਹ ਬਜ਼ੁਰਗ ਸਤਰੰਜ ਖੇਡਦੇ ਹੁੰਦੇ ਨੇ ਇੱਥੇ ਉਸ ਸਮੇਂ ਦੇ ਵਿੱਚ ਆਹ ਬੋਰਡ ਆਹ ਟੇਬਲਾਂ 'ਤੇ ਬੈਠ ਕੇ ਹੁਣ ਤਾਂ ਪਾਣੀ ਪੂਣੀ ਵੀ ਖੜ੍ਹਾ ਅਤੇ ਜਦੋਂ ਸਤਰੰਜ ਖੇਡਦੇ ਹੁੰਦੇ ਨੇ ਜਿਹੜੇ ਯੰਗ ਬੱਚੇ ਨੇ ਇਹਨਾਂ ਦੇ ਉਹ ਇੱਥੇ ਬੈਠ ਕੇ ਉਹਨਾਂ ਨੂੰ ਦੇਖਦੇ ਆ ਇਹ ਆਹ ਦੇਖੋ ਇਹ ਸਾਰਿਆਂ ਦੇ ਉੱਤੇ ਪੱਕੇ ਬਣੇ ਹੋਏ ਨੇ ਆਹ ਖਾਨੇ ਸਾਰੇ ਸਤਰੰਜ ਦੇ ਨੇ ਉਹ ਬੈਠ ਕੇ ਦੇਖਦੇ ਆ ਬਈ ਇਹ ਕਿਵੇਂ ਖੇਡਦੇ ਨੇ ਕੀ ਕਰਦੇ ਨੇ ਇਹ ਜਿਹੜੀਆਂ ਖੇਡਾਂ ਸੀ ਪੁਰਾਣੀਆਂ ਸੋ ਇਹਨਾਂ ਦੇ ਨਾਲ ਮੈਂ ਸਮਝਦਾ ਬਈ ਜਿਹੜਾ ਨੈੱਟ ਚਲਾਉਣਾ ਜਾਂ ਹੋਰ ਇੱਧਰ ਧਿਆਨ ਦੇਣਾ ਇਹਦੇ ਨਾਲ ਸਰੀਰ ਦਾ ਨੁਕਸਾਨ ਹੈ ਅੱਖਾਂ ਦਾ ਵੀ ਨੁਕਸਾਨ ਹੈ ਬਹੁਤ ਜਾਣੀ ਮੈਂ ਤਾਂ ਇੰਨੀ ਕੁ ਫੇਸਬੁੱਕ ਯੂਜ਼ ਕਰਦਾ ਇੰਨਾ ਕੁ ਮੈਂ ਵਟਸਐਪ ਯੂਜ਼ ਕਰਦਾ ਮੈਂ ਕਹਿੰਦਾ ਵਟਸਐਪ ਦੇ ਵਿੱਚ ਕਈ ਗਰੁੱਪਾਂ 'ਚ ਤਾਂ ਮੈਨੂੰ ਐਡ ਕਰਨ ਨੂੰ ਵੀ ਉਹ ਡਰਦੇ ਆ ਕਿਉਂਕਿ ਮੇਰੀ ਹੁਣ ਕਰਾਂ ਕਿ ਮੈਂ ਦੱਸੋ ਇੱਕ ਤਾਂ ਮੈਂ ਯੂਰਪ 'ਚ ਰਹਿਣਾ ਹੈ ਫਿਰ ਮੇਰੀ ਇੱਥੇ ਯੂਰਪੀਅਨ ਲੋਕਾਂ ਨਾਲ ਮਾੜੀ ਮੋਟੀ ਬੈਠਣੀ ਉੱਠਣੀ ਆਪਣੇ ਬੰਦੇ ਇੱਥੇ ਹੈ ਘੱਟ ਨੇ ਹੁਣ ਸਾਡੇ ਲਈ ਤਾਂ ਇਹ ਇੱਕ ਜਿਵੇਂ ਕਹਿ ਦਈਏ ਕ੍ਰਿਸ਼ਮਾ ਹੈ ਜੀ ਅਤੇ ਸਾਨੂੰ ਤਾਂ ਹੈਗਾ ਇਹਦਾ ਫਾਇਦਾ ਪਰ ਹੁਣ ਜਿਹੜੇ ਲੋਕ ਉੱਥੇ ਵਿਹਲੇ ਆਮ ਹੀ ਯੂਜ਼ ਕਰੀ ਜਾਂਦੇ ਨੇ ਉਹ ਤਾਂ ਗੱਲਬਾਤ ਕਰਨੀ ਹੁੰਦੀ ਆ ਘਰ ਔਨਲਾਈਨ ਹੋ ਜਾਈਦਾ ਚਲੋ ਇਹਦੇ ਨਾਲ ਦਿਲ ਲੱਗਿਆ ਰਹਿੰਦਾ ਬੜੀ ਨੇੜਤਾ ਆਈ ਹੈ ਸੋਸ਼ਲ ਮੀਡੀਆ ਨਾਲ ਉਹ ਸਾਡਾ ਪਿੱਛੇ ਕੰਮ ਵੀ ਚੱਲਦਾ ਅੱਜ ਤਾਂ ਫ੍ਰੀ ਸੀ ਥੋੜ੍ਹੇ ਜਿਹੇ ਟਾਈਮ ਨਿਕਲਿਆ ਸੀ ਮੈਂ ਚਲੋ ਉਹ ਦਿਖਾਉਂਦਾ ਮੇਰੇ ਕਿੰਨਾ ਜ਼ਿਆਦਾ ਦਿਮਾਗ 'ਚ ਸੀਗਾ ਅਤੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਸਾਰੇ ਵੀਰਾਂ ਨੂੰ ਬਈ ਤੁਸੀਂ ਨਾ ਥੋੜ੍ਹਾ ਜਿਹਾ ਯਾਰੋ ਇਕੱਠੇ ਹੋਇਆ ਕਰੋ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਵਾਲੇ ਵੀਰ ਨੇ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਉਹ ਇਕੱਠੇ ਹੋਇਆ ਕਰਨ ਹੈ ਨਾ ਇਕੱਠੇ ਹੋ ਕੇ ਬੈਠ ਕੇ ਕਿਤੇ ਤਾਸ਼ ਖੇਡਿਆ ਕਰੋ ਜਿਹੜਾ ਇਹ ਸੋਸ਼ਲ ਮੀਡੀਆ ਨੂੰ ਥੋੜ੍ਹਾ ਜਿਹਾ ਇਹਦੇ ਤੋਂ ਸਾਈਡ 'ਤੇ ਹੋਵੋ ਠੀਕ ਹੈ ਨਾ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ